ਭਾਰਤ ਦੇ ਵਿੱਚ ਆਏ ਦਿਨ ਲਗਾਤਾਰ ਵੱਡੇ ਰੇਲ ਹਾਦਸੇ ਵਾਪਰ ਰਹੇ ਨੇ ਤੇ ਇਹ ਰੁਕਣ ਦਾ ਹੁਣ ਨਾਮ ਹੀ ਨਹੀਂ ਲੈ ਰਹੇ। ਤਾਂ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਇੱਕ ਸਮਰ ਸਪੈਸ਼ਲ ਟ੍ਰੇਨ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਸਮਰ ਸਪੈਸ਼ਲ ਟ੍ਰੇਨ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਵਾਰ ਫੇਰ ਤੋਂ ਵੱਡਾ ਰੇਲ ਹਾਦਸਾ ਵਾਪਰਿਆ। ਸਮਰ ਸਪੈਸ਼ਲ ਟ੍ਰੇਨ ਦੇ ਕਈ ਡੱਬੇ ਪਟੜੀ ਤੋਂ ਉਤਰੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਸਟੇਸ਼ਨ ਦੇ ਉੱਤੇ ਪਹੁੰਚਣ ਲੱਗੀ ਤਾਂ ਆਊਟਰ ਦੇ ਉੱਤੇ ਹੀ ਹਾਲੇ ਇਹ ਸਟੇਸ਼ਨ 'ਤੇ ਪਹੁੰਚੀ ਸੀ, ਪਰ ਉੱਥੋਂ ਦੀ ਸਪੀਡ ਕਾਫੀ ਸਲੋਅ ਸੀ। ਪਰ ਜਾਂਦੇ ਜਾਂਦੇ ਇਸ ਦੇ ਏਸੀ ਕੋਚ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ, ਜਿਸ ਦੇ ਕਾਰਨ ਸਵਾਰੀਆਂ ਨੇ ਆਪਣੀ ਜਾਨਾਂ ਬਚਾਉਣ ਦੇ ਲਈ ਚੱਲਦੀ ਟ੍ਰੇਨ ਦੇ ਵਿੱਚੋਂ ਹੀ ਛਾਲਾਂ ਮਾਰ ਦਿੱਤੀਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਵਾਰ ਫੇਰ ਤੋਂ ਵੱਡਾ ਰੇਲ ਹਾਦਸਾ ਵਾਪਰਿਆ। ਸਮਰ ਸਪੈਸ਼ਲ ਟ੍ਰੇਨ ਦੇ ਦੋ ਡੱਬੇ ਪਟੜੀ ਤੋਂ ਉਤਰੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਟ੍ਰੇਨ ਰਾਣੀ ਕਮਲਾਪਤੀ ਸਟੇਸ਼ਨ ਤੋਂ ਚੱਲ ਕੇ ਬਿਹਾਰ ਦੇ ਸਹਰਸਾ ਦੇ ਲਈ ਰਵਾਨਾ ਹੋਈ ਸੀ, ਪਰ ਜਿਵੇਂ ਹੀ ਇਹ ਇਟਾਰਸੀ ਜੰਕਸ਼ਨ 'ਤੇ ਪਹੁੰਚਣ ਲੱਗੀ ਤਾਂ ਟ੍ਰੇਨ ਦੀ ਸਪੀਡ ਕਾਫੀ ਜ਼ਿਆਦਾ ਸਲੋਅ ਸੀ। ਪਰ ਬਾਵਜੂਦ ਇਸ ਦੇ ਕਿਹਾ ਜਾ ਰਿਹਾ ਕਿ ਟ੍ਰੇਨ ਦੇ ਦੋ ਡੱਬੇ ਜੋ ਏਸੀ ਕੋਚ ਸੀ ਉਹ ਪਟੜੀ ਤੋਂ ਹੇਠਾਂ ਉਤਰ ਗਏ ਨੇ, ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਟ੍ਰੇਨ ਨੂੰ ਹੁਣ ਦਰੁਸਤ ਕਰਨ ਦੀਆਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਰੇਲਵੇ ਦੇ ਮੁਲਾਜ਼ਮ ਪਹੁੰਚੇ ਨੇ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਕਿ ਆਖਿਰ ਟ੍ਰੇਨ ਬੇਪਟਰੀ ਹੋਈ ਕਿਵੇਂ ਹੈ, ਕਿਉਂਕਿ ਕਾਫੀ ਜ਼ਿਆਦਾ ਸਪੀਡ ਸਲੋਅ ਸੀ। ਹਾਲਾਂਕਿ ਜੇਕਰ ਸਪੀਡ ਤੇਜ਼ ਹੁੰਦੀ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ। ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਵੱਡੇ ਹਾਦਸੇ ਵਾਪਰ ਰਹੇ ਨੇ, ਜਿਸ ਦੇ ਕਾਰਨ ਹੁਣ ਵਿਰੋਧੀ ਧਿਰਾਂ ਵੀ ਕੇਂਦਰ ਸਰਕਾਰ ਦੇ ਉੱਤੇ ਹਮਲਾਵਰ ਹੋਈਆਂ ਪਈਆਂ ਨੇ। ਇਸੇ ਦੌਰਾਨ ਇੱਕ ਹੋਰ ਵੱਡਾ ਰੇਲ ਹਾਦਸਾ ਇਟਾਰਸੀ ਜੰਕਸ਼ਨ 'ਤੇ ਹੋਇਆ, ਜਿੱਥੇ ਕਿ ਇੱਕ ਸਮਰ ਸਪੈਸ਼ਲ ਟ੍ਰੇਨ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਨੇ। ਇਸ ਦੌਰਾਨ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੇ ਜੋ ਡੱਬੇ ਨੇ ਉਹ ਪਟੜੀ ਤੋਂ ਹੇਠਾਂ ਉਤਰੇ ਹੋਏ ਨੇ ਤੇ ਸਵਾਰੀਆਂ ਜੋ ਨੇ ਉਹ ਬਾਹਰ ਖੜੀਆਂ ਇੰਤਜ਼ਾਰ ਕਰ ਰਹੀਆਂ ਨੇ ਆਖਿਰ ਉਹ ਟ੍ਰੇਨ ਕਦੋਂ ਲਾਈਨ 'ਤੇ ਆਵੇਗੀ ਅਤੇ ਉਹ ਆਪਣੀ ਆਪਣੀ ਮੰਜ਼ਿਲ ਦੇ ਵੱਲ ਰਵਾਨਾ ਹੋਣਗੇ। ਤਾਂ ਦੱਸ ਦਈਏ ਕਿ ਲਗਾਤਾਰ ਭਾਰਤ ਦੇ ਵਿੱਚ ਟ੍ਰੇਨ ਹਾਦਸੇ ਵਾਪਰ ਰਹੇ ਨੇ, ਬਾਵਜੂਦ ਇਸ ਦੇ ਜਿੱਥੇ ਸੁਧਾਰ ਹੋਣ ਦੀ ਜ਼ਰੂਰਤ ਹੈ ਉੱਥੇ ਹੀ ਫੇਰ ਤੋਂ ਇੱਕ ਹੋਰ ਵੱਡਾ ਰੇਲ ਹਾਦਸਾ ਵਾਪਰ ਗਿਆ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਰੇਲ ਹਾਦਸੇ ਵਾਪਰੇ ਨੇ ਅਤੇ ਕਈ ਲੋਕਾਂ ਦੀ ਕੀਮਤੀ ਜਾਨਾਂ ਜਾ ਚੁੱਕੀਆਂ ਨੇ। ਤਾਂ ਲਗਾਤਾਰ ਰੇਲ ਹਾਦਸੇ ਵਾਪਰ ਰਹੇ ਨੇ ਅਤੇ ਇਸੇ ਦੌਰਾਨ ਇੱਕ ਵੱਡਾ ਰੇਲ ਹਾਦਸਾ ਹੁਣ ਇਟਾਰਸੀ ਜੰਕਸ਼ਨ ਦੇ ਉੱਤੇ ਵਾਪਰਿਆ।